ਮਹਾਕਾਲੀ ਚੈਰੀਟੇਬਲ ਟਰੱਸਟ ਪਟਿਆਲਾ ਵੱਲੋਂ ਸ਼ਿਵਰਾਤਰੀ ਦੇ ਮੌਕੇ ਸਥਾਨਕ ਹਨੂੰਮਾਨ ਮੰਦਿਰ ਰਾਜਪੁਰ ਰੋਡ ਪਟਿਆਲਾ ਵਿਖੇ ਇੱਕ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਸੰਸਥਾ ਮੁਖੀ CA ਰਾਜੀਵ ਗੋਇਲ ਨੇ ਦੱਸਿਆ, ਸੰਸਥਾ ਵੱਲੋਂ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਨਾਲ ਲੋਕਾਂ ਲਈ ਮੈਡੀਕਲ ਕੈਂਪਾਂ ਦਾ ਆਯੋਜਨ ਵੀ ਕੀਤਾ ਜਾਂਦਾ। ਸੰਸਥਾ ਵੱਲੋਂ ਹੁਣ ਤੱਕ ਅਨੇਕਾਂ ਕੈਂਪ ਲਗਾ ਕੇ ਲੋੜਵੰਦ ਮਰੀਜ਼ਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੇ ਸਿੰਗਲਿਆ ਨੇ ਸ਼ਿਰਕਤ ਕੀਤੀ। ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਇਸ ਕੈਂਪ ਵਿੱਚ ਆਪਣੀ ਹਾਜ਼ਰੀ ਲਗਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ, ਉਹਨਾਂ ਦੇ ਅਣਥਕ ਯਤਨਾਂ ਕਾਰਨ ਸੰਗਰੂਰ ਵਿੱਚ ਇੱਕ ਵੱਡਾ ਕੈਂਸਰ ਹਸਪਤਾਲ ਲੋਕ ਸੇਵਾ ਨੂੰ ਅਰਪਿਤ ਹੈ। ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਕਈ ਪ੍ਰੋਜੈਕਟ ਕੇਂਦਰ ਸਰਕਾਰ ਨਾਲ ਸਾਂਝੇ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਿਹਤ ਸੇਵਾਵਾਂ ਉਹ ਪੰਜਾਬ ਵਿੱਚ ਲੈ ਕੇ ਆਉਣ ਦੇ ਚਾਹਵਾਨ ਹਨ। ਜਿੱਥੇ ਤੱਕ ਕੈਂਸਰ ਹੋਸਪਿਟਲ ਦੀ ਗੱਲ ਹੈ, ਉਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਸਾਂਝ ਕਰਨਾ ਚਾਹੁੰਦਾ, ਬਿਕੋਜ਼ ਇਹ ਕੈਂਸਰ ਇੱਕ ਐਸੀ ਬਿਮਾਰੀ ਹੈ। ਇੱਕ ਤਾਂ ਮੈਂ ਸੰਗਰੂਰ ਵਾਲੇ ਛੱਡ ਕੇ ਨਹੀਂ ਆਇਆ, ਮੈਂ ਸੰਗਰੂਰ ਹੀ ਹਾਂ। ਤੁਸੀਂ ਕਿਹਾ ਕਿ ਤੁਸੀਂ ਹਸਪਤਾਲ ਛੱਡਿਆ, ਤੁਸੀਂ ਇਹ ਕਹਿਣਾ ਹੈ ਕਿ ਉੱਥੇ ਤਾਂ ਬਣਾਇਆ ਅਤੇ ਉਰੇ ਵੀ ਬਣਾਉਣਾ, ਉਹ ਮੈਂ ਗੱਲ ਦੀ ਜ਼ਿੰਮੇਵਾਰੀ ਚੱਕਾਂਗਾ ਕਿ ਮੈਂ ਕੈਂਸਰ ਦੀ ਆਪਾਂ ਮੈਂ ਕਿਹਾ ਕਈ ਵਾਰ ਕੋਈ ਗਲਤ ਮਿਸਲੈਡ ਹੋ ਜਾਂਦਾ, ਮੈਂ ਕਲੈਰੀਫਾਈ ਜਿਹਾ ਕੀਤਾ ਅਤੇ ਨਾਲੇ ਰਜੇਸ਼ ਜੀ ਬੈਠੇ, ਫਿਰ ਤਾਂ ਮੈਂ ਉਹ ਵਾਲੀ ਗੱਲ ਤੁਹਾਡੇ ਨਾਲ ਜ਼ਰੂਰ ਸਾਂਝ ਕਰਨਾ ਚਾਹੁੰਦਾ, ਬਿਕੋਜ਼ ਆਪਾਂ ਸਾਰੇ ਲੋਕ ਹਰ ਰੋਜ਼, ਆਪਾਂ ਨੂੰ ਹਰ ਰੋਜ਼ ਪਤਾ ਲੱਗਦਾ ਕਿ ਉਹਨੂੰ ਕੈਂਸਰ ਹੋ ਗਿਆ, ਉਹਨੂੰ ਕੈਂਸਰ ਹੋ ਗਿਆ। ਆਪਣੇ ਪਰਿਵਾਰਾਂ ਦੇ ਵਿੱਚ ਹੀ ਕਈ ਲੋਕਾਂ ਨੂੰ, ਰਿਸ਼ਤੇਦਾਰੀ 'ਚ ਕੈਂਸਰ ਹੁੰਦਾ, ਅਤੇ ਪਹਿਲੇ ਦਿਨ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੋਈ ਬੰਦਾ ਇਸ ਗੱਲ ਨੂੰ ਸ਼ੇਅਰ ਨਹੀਂ ਕਰਦਾ, ਕਿਉਂਕਿ ਹਰ ਬੰਦਾ ਇੱਕ ਗੱਲ ਨੂੰ ਇੱਕ ਸਟਿਗਮਾ ਸਮਝਦਾ ਸਮਾਜ ਦੇ ਵਿੱਚ। 2-3 ਸਾਲ ਤਾਂ ਪਹਿਲਾਂ ਬਹੁਤ ਜ਼ਿਆਦਾ ਸਮਝਦਾ ਸੀ ਕਿ ਯਾਰ ਮੈਨੂੰ ਇਹਨੂੰ ਕੈਂਸਰ ਹੋ ਗਿਆ, ਆਪਾਂ ਹਾਲੇ ਨਾ ਘਰੇ ਨਾ ਦੱਸੋ, ਘਰੇ ਰੱਖੋ ਗੱਲ ਨੂੰ, ਪਹਿਲਾਂ ਤਾਂ ਪੇਸ਼ੈਂਟ ਦੀ ਪ੍ਰੈਸ਼ਰ ਪਊਗਾ, ਫਿਰ ਜੇ 4 ਰਿਸ਼ਤੇਦਾਰਾਂ ਨੂੰ ਪਤਾ ਲੱਗ ਉਹ ਕਾਲ ਕਰਨ ਲੱਗ ਜਾਂਦੇ। ਸੋ ਆਈ ਵਾਜ਼ ਏਬਲ ਟੂ ਇਵੈਲੂਏਟ ਦਿਸ ਡਿਜ਼ੀਜ਼ ਕਿ ਇਹਦੀ ਕਿੰਨੀ ਵੱਡੀ ਇੰਪੈਕਟ ਗਰਾਊਂਡ ਦੇ ਉੱਪਰ ਲੋਕਾਂ ਵਾਸਤੇ ਨੁਕਸਾਨ ਕਰ ਰਹੀ ਹੈ। ਔਰ ਮੈਂ ਜਦੋਂ ਸੰਗਰੂਰ ਤੋਂ MP ਬਣਿਆ ਤਾਂ ਮੇਰਾ ਪਹਿਲਾ ਫੋਕਸ, ਪ੍ਰਾਈਮ ਫੋਕਸ ਇਹ ਰਿਹਾ ਕਿ ਸੰਗਰੂਰ 'ਚ ਕੈਂਸਰ ਹੋਸਪਿਟਲ ਲੈ ਕੇ ਆਉਣਾ। ਅੱਜ ਮਹਾਕਾਲੀ ਚੈਰੀਟੇਬਲ ਟਰੱਸਟ ਵੱਲੋਂ ਇੱਥੇ ਹਨੂੰਮਾਨ ਮੰਦਿਰ ਵਿਖੇ ਆਈ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿ ਬਹੁਤ ਲੋਕ ਜਿਹੜੇ ਜ਼ਰੂਰਤਮੰਦ ਹੈ ਉਹ ਆਏ ਹੈ। ਸਵੇਰੇ 1 ਘੰਟੇ ਵਿੱਚ ਹੀ, ਜਦੋਂ ਮੈਂ ਆਈ ਹਾਂ 1 ਘੰਟਾ ਹੋ ਚੁੱਕਿਆ ਸੀ, ਤਾਂ ਉਸ ਟਾਈਮ 200 ਆਊਟਡੋਰ ਸਲਿਪਸ ਬਣ ਚੁੱਕੀਆਂ ਸੀ ਔਰ 20 ਕੇਸ ਜਿਹੜੇ ਸਰਜਰੀ ਅੱਖਾਂ ਦੀ ਹੋਣ ਦੇ ਉਹ ਰੈਕਗਨਾਈਜ਼ ਹੋ ਗਏ ਸੀਗੇ। ਸੋ ਇਹਦੇ ਰਾਜੀਵ ਜੀ ਹੈ ਔਰ ਇੰਦਰਜੀਤ ਜੀ ਹੈ, ਜੋ ਕਿ ਦਿੱਲੀ ਅੱਜ ਕਿਸੇ ਕਾਰਨ ਨਹੀਂ ਆ ਸਕੇ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਮੰਦਿਰ 'ਚ ਖੜ੍ਹੇ ਆ, ਪ੍ਰੇ ਵੀ ਕਰਦੇ ਹਾਂ ਕਿ ਉਹ ਜਲਦੀ ਠੀਕ ਹੋਣ। ਉਹਨਾਂ ਬਿਨਾਂ ਅੱਜ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਸੀ ਇੰਦਰਜੀਤ ਜੀ ਦੀ। ਰਾਜੀਵ ਜੀ ਬਹੁਤ ਅੱਛਾ ਕੰਮ ਕਰ ਰਹੇ ਹੈ ਸ਼ਹਿਰ ਦੇ ਵਿੱਚ, ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ, ਹਰ ਇੱਕ ਨਾਲ ਰਾਜੀਵ ਜੀ ਨੇ ਰਾਬਤਾ ਰੱਖਿਆ ਹੋਇਆ ਔਰ ਫਾਈਨੈਂਸ਼ੀਅਲ ਸਪੋਰਟ ਜਿਹੜੀ ਹੈ, ਖਾਸ ਕਰ ਵਿਦਿਆਰਥੀਆਂ ਔਰ ਜ਼ਰੂਰਤਮੰਦ ਪਰਿਵਾਰਾਂ ਲਈ ਹਰ ਟਾਈਮ ਉਹ ਅਵੇਲੇਬਲ ਹੈ। ਅਤੇ ਮੈਂ ਇਹੀ ਕਹਿੰਦੀ ਹਾਂ ਕਿ ਪਟਿਆਲੇ ਦੇ ਅਸੀਂ ਲੋਕ ਕਿਸਮਤ ਵਾਲੇ ਹਾਂ ਜਿਨ੍ਹਾਂ ਨੂੰ ਕਿ ਰਾਜੀਵ ਜੀ ਔਰ ਇੰਦਰਜੀਤ ਜੀ ਵਰਗੇ ਨੁਮਾਇੰਦੇ ਮਿਲੇ, ਰਹਿਬਰ ਮਿਲੇ, ਜੋ ਕਿ ਇੱਕ ਅੱਛੀ ਸੇਵਾ ਵਿੱਚ ਲੱਗੇ ਹੋਏ ਹਨ। ਅੱਖਾਂ ਦਾ ਸਭ ਤੋਂ ਔਖਾ ਹੁੰਦਾ ਗਰੀਬ ਆਦਮੀ ਵਾਸਤੇ, ਇੱਕ ਇਸੇ ਨੂੰ ਉਹ ਮਿਸ ਕਰ ਸਕਦਾ ਕਿਉਂਕਿ ਬੁਖਾਰ ਹੋਏ ਕੋਈ ਹੋਏ ਉਹਦੇ ਲਈ ਡਾਕਟਰ ਕੋਲ ਚਲਾ ਜਾਂਦਾ। ਅੱਖਾਂ ਨੂੰ ਆਪਾਂ ਸੈਕੰਡਰੀ ਲੈ ਲੈਂਦੇ ਹਾਂ ਕਿ ਚਲੋ ਕੋਈ ਗੱਲ ਨਹੀਂ। ਸੋ ਅੱਜ ਔਰਥੋ ਦੇ ਡਾਕਟਰ ਸੀ, ਮੈਡੀਸਨ ਦੇ ਸੀ ਉਹ ਸੀ। ਮੈਂ ਰਾਜੀਵ ਦਾ, ਮਹਾਕਾਲੀ ਚੈਰੀਟੇਬਲ ਟਰੱਸਟ ਦਾ, ਇੰਦਰਜੀਤ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਕੈਂਪ ਸਾਡਾ ਮਹਾਂਕਲੀ ਚੈਰੀਟੇਬਲ ਟਰੱਸਟ ਹੈ ਜਿਹੜੀ 2006 'ਚ ਬਣੀ ਸੀ, ਇਹ ਸਾਡਾ 19ਵਾਂ ਕੈਂਪ ਹੈ। ਅਸੀਂ ਇੱਥੇ ਆਈਜ਼ ਦਾ, ਮੈਡੀਸਨ ਦਾ, ਉਸ ਦਾ ਹਰ ਸਾਲ
ਮਾਰਚ ਦੇ ਮਹੀਨੇ ਜਾਂ ਫਰਵਰੀ ਦੇ ਵਿੱਚ ਲੱਗਦਾ ਹੈ। ਸਾਡੀ ਮਹਾਂਕਾਲੀ ਚੈਰੀਟੇਬਲ ਟਰੱਸਟ ਹੋਰ ਵੀ ਅਲੱਗ ਅਲੱਗ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਇਹ ਕੈਂਪ ਦੇ ਵਿੱਚ ਲੋਕਾਂ ਨੂੰ ਬੜੀ ਆਸਥਾ ਹੈ, ਲੋਕ ਮਹੀਨਾ ਦੋ ਮਹੀਨੇ ਵੇਟ ਵੀ ਕਰਦੇ ਹਨ ਵੀ ਇੱਥੇ ਕੈਂਪ ਲੱਗਣਾ ਹੈ। ਅੱਜ ਕੌਣ ਇੱਥੇ ਮੁੱਖ ਮਹਿਮਾਨ ਆਏ ਜੀ, ਅਤੇ ਉਹਨਾਂ ਨੇ ਵੀ ਕੈਂਸਰ ਦੀ ਗੱਲ ਕੀਤੀ ਹੈ, ਉਹਦੇ ਬਾਰੇ ਕੀ ਹੈ, ਅਗਾਂਹ ਕੀ ਗੱਲਬਾਤ ਹੋਈ ਤੁਹਾਡੀ? ਅੱਜ ਇੱਥੇ ਵਿਜੇਂਦਰ ਸਿੰਗਲਾ ਜੀ, ਜਿਹੜੇ ਜੁਆਇੰਟ ਰਹੀ ਨੇ AICC ਦੇ, ਫਾਰਮਰ ਕੈਬਨਿਟ ਮਿਨਿਸਟਰ ਵੀ ਰਹੇ ਨੇ, ਪਰ ਮੇਰੇ ਉਹ ਛੋਟੇ ਭਰਾ ਨੇ ਚੀਫ ਗੈਸਟ ਕਹਿ ਲਓ, ਉਹ ਇੱਥੇ ਆਏ। ਉਹਨਾਂ ਨੇ ਸੰਗਰੂਰ ਦੇ ਵਿੱਚ ਜਦੋਂ ਉੱਥੇ ਮੰਤਰੀ ਰਹੇ ਸੀਗੇ, ਇੱਕ ਕੈਂਸਰ PGI ਨਾਲ ਟਾਈਅਪ, ਟਾਟਾ ਨਾਲ ਟਾਈਅਪ ਕਰਕੇ ਕੈਂਸਰ ਹੋਸਪਿਟਲ ਬਣਾਇਆ, ਸਰਕਾਰ ਵੱਲੋਂ ਲੈ ਕੇ ਦਿੱਤਾ, ਜਿੱਥੇ ਅੱਜ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਕਿਵੇਂ ਤੁਹਾਡਾ ਆਯੁਸ਼ਮਾਨ ਕਾਰਡ ਬਣ ਜਾਂਦਾ ਹੈ, ਜਿਸ 5 ਲੱਖ ਰੁਪਏ ਦਾ ਟ੍ਰੀਟਮੈਂਟ ਸਾਰਾ ਉੱਥੋਂ ਫ੍ਰੀ ਦਿੱਤਾ ਜਾਂਦਾ ਹੈ, ਜਿਹੜੀ ਉਹ ਟਾਟਾ ਪੰਜਾਬ ਗੌਰਮੈਂਟ ਨੂੰ ਰੀਇੰਬਰਸਮੈਂਟ ਕਰਦੀ ਹੈ। ਅਤੇ ਸਰ, ਜਿਸ ਤਰ੍ਹਾਂ ਕੈਂਪ ਲੱਗਦਾ ਆ, ਇਹ ਆਮ ਲੋਕ ਜਿਹੜੇ ਨਹੀਂ ਹਸਪਤਾਲ ਤੱਕ ਜਾ ਸਕਦੇ, ਇੱਕ ਡੋਰ ਸਟੈਪ 'ਤੇ ਆਪਾਂ ਕੈਂਪ ਲਾਉਂਦੇ ਹਾਂ, ਇਹਦਾ ਕਿੰਨਾ ਕੁ ਵਿਅਕਤੀਗਤ ਬੈਨੀਫਿਟ ਹੁੰਦਾ ਅਤੇ ਇਹਨਾਂ ਦੀ ਫੋਲੋਅਪ ਕਿਵੇਂ ਹੁੰਦੀ ਹੈ ਸਰ, ਜਿਵੇਂ ਕੋਈ ਪੇਸ਼ੈਂਟ? ਸਰ, ਇਹਦੇ ਵਿੱਚ ਜਿੰਨੇ ਡਾਕਟਰ ਸਾਹਿਬਾਨ ਸਾਨੂੰ ਆਈਡੈਂਟੀਫਾਈ ਕਰਦੇ ਨੇ ਕੈਟਰਿਕ ਦੇ ਓਪਰੇਸ਼ਨ ਨੇ, ਉਹ ਸਾਰੇ ਓਪਰੇਸ਼ਨ ਅਸੀਂ ਆਪਣੀ ਸੰਸਥਾ ਵੱਲੋਂ ਫ੍ਰੀ ਕਰਾ ਕੇ ਦਿੰਦੇ। ਜੇ ਕਿਸੇ ਨੂੰ ਕੋਈ ਐਨਕ ਦੀ ਲੋੜ ਹੈ, ਉਹ ਵੀ ਐਨਕਾਂ ਇੱਥੇ ਦਿੱਤੀਆਂ ਜਾਂਦੀਆਂ ਹਨ। ਪਲੱਸ ਅਸੀਂ ਇੱਥੇ, ਸਾਡੀ ਇੱਕ ਲੈਬ ਵੀ ਚੱਲਦੀ ਹੈ, ਜਿਹਦੇ 'ਚ ਸਾਡੇ ਕੋਲ BMS ਡਾਕਟਰ ਹੈ, ਸਵੇਰੇ ਸ਼ਾਮ ਉਹ ਦੇਖਦੇ ਨੇ, ਲੈਬ ਵੀ ਹੈ, ਪਲੱਸ ਅਸੀਂ ਸਾਰੀਆਂ ਦਵਾਈਆਂ ਫ੍ਰੀ ਦਿੰਦੇ ਹਾਂ। ਪਲੱਸ ਜੇ ਕਿਸੇ ਨੂੰ ਕੋਈ ਅਲਟਰਾਸਾਊਂਡ ਐਕਸਰੇ ਦੀ ਲੋੜ ਪੈਂਦੀ ਹੈ, ਉਹ ਅਸੀਂ ਵੀ 5-6 ਸਾਲ ਤੋਂ ਬਾਅਦ ਟਾਈਅਪ ਕੀਤਾ ਹੋਇਆ ਹੈ, ਅਸੀਂ ਉਹ ਵੀ ਪੇਸ਼ੈਂਟ ਨੂੰ ਠੀਕ ਰੱਖ ਦਿੰਦੇ।